जिहड़ा पिछे अमरगढ़ दे विच इलेक्शन जिमनी इलेक्शन असेंबली दे होए है उस तो पहला साडा बहुत वड्डा प्रशंसक ते लीडर सरदार संदीप सिंह सिद्धू उस नूं शक्की हालातां दे विच दिल्ली ते करनाल दी सड़क दे उत्ते उस दा कतल कराया गया सी। अजे तक सानू कोई सूह नहीं मिली कि उहदा की होया। सानू विश्वास नहीं है सेंटर दी जां हरियाणे ते पंजाब दी सरकार दे विच कि इह असली मुलजमां नूं साडे कोले पेश करनगे कि नहीं करनगे। हालात साडी कौम दे लई बिगड़े होए है और इस तरह दिन दिहाड़े सिद्धू मूसेवाल दा कतल हो जाणा ਇਹ ਸਰਕਾਰ ਦੇ ਲਈ ਤੇ ਸਾਡੇ ਸੂਬੇ ਦੇ ਲਈ ਇੱਕ ਸ਼ਰਮ ਦੀ ਗੱਲ ਹੈ। ਸਿੱਧੂ ਮੂਸੇਵਾਲ ਦੇ ਬਜ਼ੁਰਗ ਮਾਤਾ ਪਿਤਾ ਵਿਚਾਰੇ ਸੜਕ ਤੇ ਬੈਠ ਗਏ ਹੈ ਕਿ ਸਾਨੂੰ ਪਤਾ ਲੱਗੇ ਕਿ ਕਿਹੜੇ ਕਾਤਲ ਹੈ ਤੇ ਕਿਹਨਾਂ ਨੇ ਇਹੋ ਜਿਹਾ ਦੁਸ਼ਟ ਕੰਮ ਕੀਤਾ ਹੈਗਾ ਤੇ ਜੇ ਉਹ ਸੜਕ ਤੇ ਬੈਠੇ ਹੈ ਸਾਡੀ ਡਿਊਟੀ ਹੈ ਕਿ ਉੱਥੇ ਆਪਾਂ ਰਾਸ਼ਨ ਪਹੁੰਚਾਈਏ ਉੱਥੇ ਬੈਠੀਏ ਔਰ ਉਹਨਾਂ ਦੇ ਨਾਲ ਹਮਦਰਦੀ ਕਰੀਏ ਔਰ ਸਰਕਾਰ ਨੂੰ ਕਹੀਏ ਕਿ ਸਿੱਖ ਕੌਮ ਅਫਸੋਸ ਦੇ ਵਿਚ ਰਹੂਗੀ ਜਿੰਨਾ ਚਿਰ ਕਾਤਲ ਤੁਸੀਂ ਗ੍ਰਿਫਤਾਰ ਨਹੀਂ ਕਰਦੇ ਹੈਗੇ। ਸੋ ਮੈਂ ਆਸ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਤਾਂ ਨਾ ਸੰਦੀਪ ਸਿੰਘ ਸਿੱਧੂ ਨੂੰ ਨਾ ਸਿੱਧੂ ਮੂਸੇਵਾਲ ਨੂੰ ਇਸ ਤਰ੍ਹਾਂ ਦੇ ਮੌਤ ਦੇ ਘਾਟ ਉਤਾਰ ਦੇ। ਪਰ ਜਿਹੜਾ ਪਾਣਾ ਵਰਤ ਗਿਆ ਇਹਦੇ ਖਿਲਾਫ਼ ਆਪਾਂ ਕਰ ਨਹੀਂ ਸਕਦੇ। ਕਰ ਇਹ ਸਕਦੇ ਕਿ ਇਨ੍ਹਾਂ ਦੋਨਾਂ ਨੂੰ ਅਸੀਂ ਇਨਸਾਫ ਲੈ ਕੇ ਦਈਏ ਜਿਹਦੀ ਸਾਡੀ ਪਾਰਟੀ ਪਾਬੰਦ ਹੈ ਕਿ ਇਨ੍ਹਾਂ ਦਾ ਇਨਸਾਫ ਅਸੀਂ ਲੈ ਕੇ ਦੇਵਾਂਗੇ ਜਿਵੇਂ ਵੀ ਹੋਊਗਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹੈ। ਸਰਦਾਰ ਜਗਤਾਰ ਸਿੰਘ ਅਮਰੀਕਾ ਗਏ ਹੋਏ ਹੈ, ਉਹ ਵੀ ਇਸੇ ਇਲਾਕੇ ਦੇ ਹੈ, ਉਹ ਵੀ ਉੱਥੇ ਮੈਨੂੰ ਕਹਿੰਦੇ ਹੈ ਕਿ ਅਸੀਂ ਤੁਹਾਨੂੰ ਪੂਰੀ ਸਪੋਰਟ ਦੇਵਾਂਗੇ।